ਹਾਂਜੀ ਤੇ ਵੈਲਕਮ ਬੈਕ ਇੱਕ ਵਾਰੀ ਫੇਰ ਟੀਚ ਵੀਜ਼ਾ ਪੰਜਾਬੀ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਯੂ ਐਸ ਏ ਦੀ ਡੰਕੀ ਤੋਂ ਕਿ ਤੁਸੀਂ ਲਾ ਕੇ ਯੂ ਐਸ ਏ ਪਹੁੰਚ ਜਾਂਦੇ ਹੋ ਤੁਹਾਨੂੰ ਜੇਲ੍ਹ ਦੇ ਵਿੱਚ ਡੱਕ ਲੈਂਦੇ ਨੇ ਉਦੋਂ ਬਾਅਦ ਤੁਹਾਨੂੰ ਬਾਉਂਡ ਕਿੰਨਾ ਪੈਂਦਾ ਹੈ ਜੇਲ੍ਹ ਚੋਂ ਕੱਢਣ ਦਾ ਤੇ ਬਾਉਂਡ ਕਿੰਨਾ ਕੂ ਪੈ ਸਕਦਾ ਹੈ ਜ਼ਿਆਦਾ ਤੋਂ ਜ਼ਿਆਦਾ ਤੇ ਬਾਉਂਡ ਜਿਹੜਾ ਉਹ ਕਿਵੇਂ ਦੇਣਾ ਪੈਂਦਾ ਇਹ ਸਾਰੀ ਦੀ ਸਾਰੀ ਇਨਫਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਵੀਡੀਓ ਨੂੰ ਐਂਟੀ ਕਰਨਾ ਤਾਂ ਕਿ ਉਹ ਨਵੇਂ ਉਹ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਤੈਨੂੰ ਸਬਸਕ੍ਰਾਈਬ ਕਰੋ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਹਾਂਜੀ ਤੇ ਯੂ ਐਸ اے ਦੀ ਡੰਕੀ ਦੀ ਗੱਲ ਕਰਨੀ ਆ ਇਹਦੇ ਤੇ ਮੈਂ ਵੀਡੀਓਜ਼ ਬਣਾ ਚੁੱਕਿਆ ਹਾਂ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਸਾਰੀ ਦੀ ਸਾਰੀ ਮੁਕੰਮਲ ਤਫਸੀਲ ਦੇ ਨਾਲ ਫੁੱਲ ਇਨਫਰਮੇਸ਼ਨ ਜਿਹੜੀ ਉਹ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਪਲੇਲਿਸਟ ਦੀ ਸ਼ੂਰਤ ਦੇ ਵਿੱਚ ਪਈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਏਦੇ ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਇੰਡੀਆ ਤੋਂ ਯੂਐਸਏ ਪਹੁੰਚਣ ਦੇ ਕਿੰਨੇ ਕੋ ਪੈਸੇ ਲੱਗਦੇ ਨੇ ਤਕਰੀਬਨ ਘੱਟ ਤੋਂ ਘੱਟ ਮੈਂ ਦੱਸਾਂ ਤੇ 5 ਲੱਖ ਰੁਪਏ ਤੋਂ ਉੱਤੇ ਪੈਸੇ ਲੱਗਦੇ ਨੇ ਪਾਕਿਸਤਾਨ ਤੇ ਇੰਡੀਆ ਦਾ ਆਪਣੀ ਕਰੰਸੀ ਦੇ ਵਿੱਚ ਕਨਵਰਟ ਕਰ ਲਿਓ ਤਕਰੀਬਨ 5 ਕੋ ਲੱਖ ਰੁਪਈਆ ਜਿਹੜਾ ਨੇ ਉਹ ਘੱਟ ਤੋਂ ਘੱਟ ਲੱਗਦਾ ਹੈ ਯੂਐਸਏ ਪਹੁੰਚਣ ਦਾ ਤੁਸੀਂ 25 ਲੱਖ ਰੁਪਈਆ ਲਾ ਕੇ ਯੂਐਸਏ ਪਹੁੰਚਦੇ ਹੋ ਯੂਐਸਏ ਦੀ ਕੰਦ ਟੱਪਦੇ ਹੋ ਨਾਲ ਹੀ ਤੁਹਾਨੂੰ ਜਿਹੜੀ ਬਾਰਡਰ ਪੁਲਿਸ ਉਹ ਫੜ ਲੈਂਦੀ ਏ ਜੇ ਤੁਹਾਨੂੰ ਬਾਰਡਰ ਪੁਲਿਸ ਫੜਦੀ ਏ ਉਹ ਨਾਲ ਹੀ ਤੁਹਾਨੂੰ ਜੇਲੇ ਲਾਈ ਜਾਂਦੀ ਏ ਜੇਲ ਦੇ ਵਿੱਚ ਤੁਹਾਨੂੰ 2 ਮਹੀਨੇ 15 ਦਿਨ 3 ਮਹੀਨੇ 4 ਮਹੀਨੇ ਰੱਖਿਆ ਜਾਂਦਾ ਡਿਪੈਂਡ ਕਰਦਾ ਤੁਹਾਡੇ ਜੇਲ ਕੇਰੀ ਤੁਹਾਨੂੰ ਜੇਲੇ ਲੈ ਕੇ ਜਾਂਦੇ ਨੇ ਦੇ ਨਾਲ ਦੀ ਨਾਲ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੇ ਸਟੇਟ ਦੇ ਵਿੱਚ ਫੜੇ ਜਾਂਦੇ ਹੋ ਕੈਲੀਫੋਰਨੀਆ 'ਚ ਫੜੇ ਜਾਂਦੇ ਹੋ 애ሪਜ਼ੋਨਾ 'ਚ ਜਾਂ ਟੈਕਸਸ 'ਚ ਕਿਹੇ ਸਟੇਟ 'ਚ ਤੁਸੀਂ ਫੜੇ ਜਾਂਦੇ ਹੋ ਇਹ ਵੀ ਡਿਪੈਂਡ ਕਰਦਾ ਹੈ ਕਿਉਂਕਿ 애ሪਜ਼ੋਨਾ ਦੇ ਵਿੱਚ ਏਡੀ ਛੇਤੀ ਨਹੀਂ ਛੁੱਟੇ ਜਾਂਦੇ ਕੈਲੀਫੋਰਨੀਆ ਦੇ ਵਿੱਚ ਛੇਤੀ ਬੰਦਾ ਛੁੱਟ ਜਾਂਦਾ ਹੈ ਛੁੱਟ ਨਜਰਾ ਪ੍ਰੋਸੀਜਰ ਹੁੰਦਾ ਉਹ ਇਹ ਹੁੰਦਾ ਤੁਹਾਨੂੰ ਜੇਲ੍ਹ ਦੇ ਵਿੱਚ ਡੱਕ ਲੈਂਦੇ ਨੇ ਜੇ ਤੁਹਾਨੂੰ ਜੇਲ੍ਹ ਦੇ ਵਿੱਚ ਡੱਕਦੇ ਨੇ ਉੱਥੇ ਤੁਸੀਂ ਇੱਕ ਜੇਰਾ ਅਸਾਲਮ ਵਾਸਤੇ ਅਪਲਾਈ ਕਰਦੇ ਹੋ ਨਾਲ ਦੀ ਨਾਲ ਹੀ ਤੁਹਾਨੂੰ ਵਕੀਲ ਦਿੱਤਾ ਜਾਂਦਾ ਹੈ ਵਕੀਲ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਇੱਕ ਵਕੀਲ ਹੁੰਦਾ ਤੁਹਾਡਾ ਆਪਣਾ ਪ੍ਰਾਈਵੇਟ ਵਕੀਲ ਇੱਕ ਹੁੰਦਾ ਗਵਰਨਮੈਂਟ ਦਾ ਵਕੀਲ ਜ਼ਿਆਦਾਤਰ ਜਿਹੜੇ ਪਾਕਿਸਤਾਨੀ ਨੇ ਇੰਡੀਅਨ ਨੇ ਬੰਗਾਲੀ ਨੂੰ ਜਦੋਂ ਯੂਐਸਏ ਪਹੁੰਚਦੇ ਨੇ ਉਹ ਉੱਥੇ ਆਪਣਾ ਇੱਕ ਪਰਸਨਲ ਵਕੀਲ ਕਰਦੇ ਨੇ ਪ੍ਰਾਈਵੇਟ ਵਕੀਲ ਕਰਦੇ ਨੇ ਉਹ ਚੰਗਾ ਹੁੰਦਾ ਹੈ ਗਵਰਨਮੈਂਟ ਵਕੀਲ ਨਾਲੋਂ ਕਿਉਂਕਿ ਗਵਰਨਮੈਂਟ ਵਕੀਲ ਇੰਨੀ ਕੇਅਰ ਦੇ ਨਾਲ ਤੁਹਾਡਾ ਕੇਸ ਨਹੀਂ ਲੜਦਾ ਜਿੰਨੀ ਪ੍ਰਾਈਵੇਟ ਜਿਹੜਾ ਵਕੀਲ ਜਿਹੜਾ ਤੂੰ ਆਪੀ ਕੀਤਾ ਲਾਇਰ ਉਹ ਲੜਦਾ ਹੈ ਜਿੱਦੂ ਤੁਹਾਡੇ 3 ਮਹੀਨੇ ਹੋ ਜਾਂਦੇ ਨੇ ਇਹਦੇ ਵਿੱਚ ਜੇਲ੍ਹ ਦੇ ਵਿੱਚ ਤੁਹਾਨੂੰ ਅਸਾਲਮ ਵਾਸਤੇ ਆਖਿਆ ਜਾਂਦਾ 15 ਦਿਨ ਵਾਸਤੇ ਵੀ ਆਖਿਆ ਜਾਂਦਾ ਬੱਠ ਮੈਂ ਤੁਹਾਨੂੰ ਦੱਸ ਰਿਹਾ ਜ਼ਿਆਦਾ ਤੋਂ ਜ਼ਿਆਦਾ 90 ਦਿਨ ਬਾਅਦ ਤੁਸੀਂ ਅਸਾਲਮ ਦਾ ਜਿਹੜਾ ਕੇਸ ਹੈ ਉਹ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਨਾ ਉਹ ਤੁਹਾਡਾ ਵਕੀਲ ਆ ਜਾਏਗਾ ਵਕੀਲ ਤੁਹਾਡੇ ਡਿਸਕਸ ਕਰੇਗਾ ਸਾਰੀ ਦੀ ਸਾਰੀ ਤੁਹਾਡੀ ਫਾਈਲ ਜਿਹੜੀ ਉਹ ਬਣਾ ਕੇ ਤੇ ਕੋਰਟ ਦੇ ਵਿੱਚ ਸਬਮਿਟ ਕਰ ਦੇਗਾ ਜੀ ਤੁਹਾਡੀ ਕੋਰਟ ਦੇ ਵਿੱਚ ਸਬਮਿਟ ਕਰ ਦੇਗਾ ਫਿਰ ਕੋਰਟ ਕੀਏਗਾ ਕਿ ਕੋਈ ਐਸਾ ਬੰਦਾ ਯੂ ਐਸ اے ਦੇ ਵਿੱਚ ਲਿਆਓ ਜਿਹੜਾ ਤੁਹਾਡੀ ਜ਼ਮਾਨਤ ਦਵੇ ਯੂ ਐਸ اے ਦਾ ਸਿਟੀਜ਼ਨ ਹੋਵੇ ਤੁਹਾਡੀ ਜ਼ਮਾਨਤ ਦਵੇ ਤੁਹਾਡੀ ਜ਼ਮਾਨਤ ਤੋਂ ਦਵੇਗਾ ਕਿ ਇਹ ਜਿਹੜਾ ਬੰਦਾ ਵੇ ਯੂ ਐਸ اے ਦੇ ਵਿੱਚ ਆਏਗਾ ਮੈਂ ਇਹ ਦੀ ਗਾਰੰਟੀ ਲੈਣਾ ਕਿ ਇਹਦੀ ਵਜ੍ਹਾ ਤੋਂ ਕੋਈ ਵੀ ਕ੍ਰਾਈਮ ਯੂ ਐਸ اے ਦੇ ਵਿੱਚ ਨਹੀਂ ਹੋਏਗਾ ਇਦੂ ਤੁਹਾ ਡੀ ਫਾਈਲ ਹੋ ਜਾਂਦੀ ਹੈ ਕੋਡ ਦੇ ਵਿੱਚ ਸਬਮਿਟ ਤੇ ਉਸ ਤੋਂ ਬਾਅਦ ਤਕਰੀਬਨ 15 ਦਿਨ ਤੋਂ ਲੈ ਕੇ ਤੇ 45 ਦਿਨ ਦੇ ਵਿੱਚ ਵਿੱਚ ਜਿਹੜੇ ਨਾਲ ਤੁਹਾਨੂੰ ਰਹਾਈ ਲੱਭ ਜਾਂਦੀ ਹੈ ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਜੇ ਜੇ ਕੋਈ ਤੁਹਾਡਾ ਬੰਦਾ ਜਾਣਨ ਵਾਲਾ ਹੈ ਵੇ ਫੇਰ ਤੇ ਬਹੁਤ ਗੁੱਡ ਕੰਮ ਹੈ ਲੇਕਿਨ ਜ਼ਿਆਦਾਤਰ ਜਿਹੜੇ ਗਰੰਟਰ ਹੁੰਦੇ ਨੇ ਉਹ ਪੈਸੇ ਲੈਂਦੇ ਨੇ ਲਾਈਕ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ ਉਹ ਤੁਹਾਡੇ ਕੋਲ ਲਿੱਲੰਦੇ ਨੇ 1500 ਡਾਲਰ 2000 ਡਾਲਰ ਜਿਹੜਾ ਪਾਕਿਸਤਾਨੀ ਤੇ ਇੰਡੀਅਨ ਰੁਪਈਏ ਦੇ ਵਿੱਚ ਤੁਸੀਂ ਆਪੇ ਕਨਵਰਟ ਕਰ ਲਿਓ ਘੱਟ ਤੋਂ ਘੱਟ 1.5 ਤੋਂ 2 ਲੱਖ ਰੁਪਈਆ ਬਣ ਜਾਂਦਾ ਹੈ 5 ਲੱਖ ਰੁਪਈਆ ਤੁਸੀਂ ਇੱਥੋਂ ਲਾ ਕੇ ਜਾਂਦੇ ਹੋ ਅੱਗੂ 1.5 ਤੋਂ 2 ਲੱਖ ਰੁਪਈਆ ਗਰੰਟਰ ਮੰਗਦਾ ਹੈ ਫਿਰ ਉਸ ਤੋਂ ਬਾਅਦ ਵਕੀਲ ਦੀ ਫੀਸ ਵੀ ਦੇਣੀ ਪੈਂਦੀ ਹੈ ਘੱਟੋ ਘੱਟ ਵੀ ਡੌਂਕੀ ਲਾ ਕੇ ਜਦੋਂ ਬੰਦਾ ਯੂਐਸਏ ਪਹੁੰਚਦਾ ਹੈ ਯੂਐਸਏ ਪਹੁੰਚਣ ਤੋਂ ਬਾਅਦ ਘੱਟੋ ਘੱਟ ਵੀ 7 ਤੋਂ ਅੱਠ ਸਾਲ ਜਿਹੜੇ ਨੋ ਬੰਦਾ ਸਿਰਫ ਔਰ ਸਿਰਫ ਆਪਣੇ ਪੈਸੇ ਹੀ ਪੂਰੇ ਕਰਦਾ ਉਸ ਤੋਂ ਬਾਅਦ ਹੀ ਬੰਦਾ ਜਿਹੜਾ ਨੋ ਪੈਸੇ ਆਪਣੇ ਘਰ ਪੇਚ ਸਕਦਾ ਤੇ ਗੱਲ ਸੱਚੀ ਏ ਕੁਝ ਬੰਦੇ ਨੇ ਐਸੇ ਨੇ ਜਿਹੜੇ ਕਿਸ ਗੱਲ ਨੂੰ ਨਹੀਂ ਮੰਨਦੇ ਜਿੱਦੂ ਇੱਥੇ ਆ ਕੇ ਡੰਕੀ ਲਾ ਕੇ ਯੂ ਐਸ ਏ ਪਹੁੰਚਦੇ ਨੇ ਉਹ ਹੋ ਫੇਰੀਕ ਜਿਹੜਾ ਹਕੀਕਤ ਉਹਨੂੰ ਵੇਂਦੇ ਨੇ ਤੇ ਫੇਰ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਗੱਲ ਭਰਾ ਹੁੰਦਾ ਸੀ ਉਹ ਗੱਲ ਸੱਚੀ ਏ ਤੇ ਇਹ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜਿਹੜੀ ਬਾਉਂਡ ਪੈਂਦਾ ਉਹ ਡਿਪੈਂਡ ਕਰਦਾ ਤੁਹਾਡੇ ਇਲਾਕੇ ਤੇ ਹੋ ਸਕਦਾ ਤੁਹਾਨੂੰ ਬਾਉਂਡ ਜਿਹੜਾ ਉਹ ਚੀਜ਼ਾ ਡਾਲਰ ਭਵੇ ਹੋ ਸਕਦਾ ਤੁਹਾਨੂੰ 12000 ਡਾਲਰ ਭਵੇ ਜਾਂ ਹੋ ਸਕਦਾ ਤੁਹਾਨੂੰ 10000 ਡਾਲਰ ਭਵੇ ਇਹ ਡਿਪੈਂਡ ਕਰਦਾ ਹੈ ਤੁਹਾਡੇ ਜੱਜ ਤੇ ਤੁਹਾਡਾ ਜੱਜ ਕਿਵੇਂ ਦਾ ਤੇ ਇਹ ਵੀ ਡਿਪੈਂਡ ਬਹੁਤ ਹੀ ਜ਼ਿਆਦਾ ਕਰਦਾ ਹੈ ਕਿ ਤੁਸੀਂ ਫੜੇ ਕਿਰੇ ਤਾਂ ਤੂੰ ਗਏ ਹੋ ਕੈਲੀਫੋਰਨੀਆ ਚ ਫੜੇ ਗਏ ਹੋ ਤੇ ਤੁਹਾਡਾ ਜਿਹੜਾ ਕੇਸ ਉਹ ਕੈਲੀਫੋਰਨੀਆ ਦੀ ਕੋਰਟ 'ਚ ਜਾਏਗਾ ਜੇ ਤੁਸੀਂ ਅਰੀਜ਼ੋਨਾ 'ਚ ਫੜੇ ਗਏ ਹੋ ਜਾਂ ਫਿਰ ਟੈਕਸਸ 'ਚ ਫੜੇ ਗਏ ਹੋ ਤੇ ਤੁਹਾਡਾ ਕੇਸ ਜਿਹੜਾ ਉਹ ਉਹਨਾਂ ਸਟੇਟਾਂ ਦੇ ਵਿੱਚ ਹੀ ਸੁਣਿਆ ਜਾਏਗਾ ਤੇ ਇਸੇ ਲਈ ਮੇਰੇ ਭਰਾ ਤੁਹਾਡੇ ਅੱਗੇ ਰਿਕੁਐਸਟ ਇੱਕ ਜਿੱਦੋਂ ਵੀ ਢੰਕੀ ਲਾਉਂਦੇ ਹੋ ਨਾ ਇਹ ਛੋਟੀਆਂ-ਛੋਟੀਆਂ ਜਿਹੜੀਆਂ ਇਨਫਰਮੇਸ਼ਨ ਨੇ ਇਹਨਾਂ ਨੂੰ ਆਪਣੇ ਜ਼ਿਹਨ 'ਚ ਜ਼ਰੂਰ ਰੱਖਿਓ ਤੇ ਮੈਂ ਤੁਹਾਨੂੰ ਇੱਕ ਟਿਪ ਦਿਆਂਗਾ ਜਿੱਦੋਂ ਤੁਸੀਂ ਡੌਂਕੀ ਲਾਣੀਏ ਉਹ ਨੂੰ ਜਿੰਨਾ ਹੋ ਸਕਦਾ ਉਹਨਾਂ ਕੈਲੀਫੋਨੀਆ ਲਜਾਇਓ ਕੈਲੀਫੋਨੀਆਲ ਇੱਕ ਤਿਆ ਹੁੰਦਾ ਵਕੀਲ ਸਸਤਾ ਲੱਭ ਜਾਂਦਾ ਦੂਸਰਾ ਇਹ ਹੁੰਦਾ ਕੇਸ ਦੀ ਜਿਹੜੀ ਤਰੀਖ ਹੋ ਲੇਟ ਹੁੰਦੀ ਹੈ ਜਿੰਨੀ ਲੇਟ ਆਏ ਕਿ ਉਹਨਾਂ ਤੁਹਾਡੇ ਲਈ ਚੰਗਾ ਹੋਏਗਾ ਕਿਉਂਕਿ ਜੇ ਤੇ ਤੁਹਾਡਾ ਕੇਸ ਰੱਦ ਹੋ ਗਿਆ ਫਿਰ ਤੇ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਏਗਾ ਹਾਲਾਂਕਿ ਹੁੰਦਾ ਇੰਜ ਨਹੀਂ ਬਟ ਇਹ ਵੀ ਕਿ ਤੁਹਾਨੂੰ ਪੈਸੇ ਕਮਾਉਣ ਦਾ ਮੌਕਾ ਲੱਭ ਜਾਂਦਾ ਹੈ ਯੂ ਐਸ ਏ ਦੇ ਅੰਦਰ ਇੱਕ ਰੂਲ ਹੈ ਕਿ ਜਦੋਂ ਤੁਸੀਂ ਅਸਾਲਮ ਅਪਲਾਈ ਕਰਦੇ ਹੋ ਯੂ ਐਸ ਏ ਦੇ ਵਿੱਚ ਐਂਟਰੀ ਲੈਂਦੇ ਹੋ ਉਹ ਦਿਨ ਤੋਂ ਲੈ ਕੇ 150 ਦਿਨਾਂ ਤੋਂ ਬਾਅਦ ਤੁਸੀਂ ਯੂ ਐਸ ਏ ਦੇ ਵਿੱਚ ਜੈਨਮਨਿ ਤੌਰ ਤੇ ਲੀਗਲੀ ਤੌਰ ਤੇ ਕੰਮ ਕਰ ਸਕਦੇ ਹੋ ਤੁਹਾਨੂੰ ਵਰਕ ਪਰਮਿਟ ਲੱਭ ਜਾਂਦਾ ਹੈ ਤੁਹਾਨੂੰ ਛੁਪ ਕੇ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਹਾਂ ਇਹ ਹੁੰਦਾ ਕੰਮ ਥੋੜਾ ਮੁਸ਼ਕਿਲ ਨਾਲ ਲੱਭਦਾ ਜੇ ਕੋ ਤੁਹਾਡਾ ਚੈਨਲ ਵਾਲਾ ਯੂਐਸਏ ਦੇ ਵਿੱਚ ਹੈ ਵੀ ਉਹ ਸੈਟਲੇ ਕੰਮ ਕਰਦਾ ਹੈ ਤੇ ਫਿਰ ਉਹ ਤੁਹਾਨੂੰ ਕੰਮ ਲਵਾ ਸਕਦਾ ਹੈ ਅਲਬਤ ਕੰਮ ਥੋੜਾ ਜਿਆ ਡਿਫਿਕਲਟ ਹੁੰਦਾ ਮੁਸ਼ਕਲ ਹੁੰਦੀ ਹੈ ਲੱਭਣ ਲਗਿਆ ਸਪੈਸ਼ਲੀ ਅਜਿਹੇ ਵੱਡੇ ਵੱਡੇ ਸਿਟੀਜ਼ ਨੇ ਨਿਊਯਾਰਕ ਹੋ ਗਿਆ ਉਸ ਤੋਂ ਬਾਅਦ ਹੈ ਔਰ ਜਿਹੜੀਆਂ ਸਟੇਟਾਂ ਨੇ ਜਿੰਨਾਂ ਵਿੱਚ ਬਹੁਤਾ ਪਾਕਿਸਤਾਨੀ ਇੰਡੀਅਨ ਤੇ ਬੰਗਾਲੀ ਰਹਿੰਦਾ ਉਹਨਾਂ 'ਚ ਕੰਮ ਲੱਭਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਕੰਮ ਲੱਭ ਜਾਂਦਾ ਲੇਕਿਨ ਮੁਸ਼ਕਲ ਹੁੰਦਾ ਘੱਟ ਪੈਸੇ ਤੇ ਤੁਹਾਨੂੰ ਰੱਖਿਆ ਜਾਂਦਾ ਹਾਂਜੀ ਤੇ ਵੀਰੋ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਇਹ ਬਹੁਤ ਹੀ ਜ਼ਿਆਦਾ ਡਿਫਿਕਲਟ ਰਾਹ ਵੇ ਇਦਿੱਤ ਨੇ ਮੈਂ ਵੀਡੀਓ ਬਣਾ ਚੁੱਕੀਆਂ ਸਾਰੀ ਦੀ ਸਾਰੀ ਮੁਕੰਮਲ ਤਫਸੀਲ ਦੇ ਨਾਲ ਤੇ ਵਕ ਵਕ ਜਿਹੜੇ ਜੰਗਲ ਨੇ ਜਿੰਨਾ ਚੋਂ ਹੋ ਕੇ ਜਾਇਆ ਜਾਂਦਾ ਬ੍ਰਾਜ਼ੀਲ ਇਕਵਾਡੋਰ ਪਨਾਮਾ ਕੋਸਟਾ ਰਿਕਾ ਨਿਕਾਰਾਗੋਆ ਹੰਡਰਾਸ ਗੁਆਟੇਮਾਲਾ ਤੂੰ ਹੋ ਕੇ ਕਿੰਝ ਯੂਐਸਏ ਦੀ ਕਾਂ ਦੇ ਟੱਪੀ ਜਾਂਦੀ ਹੈ ਤੇ ਸੈਪਰੇਟਲੀ ਵੀਡੀਓ ਬਣਾਈਆਂ ਗਈਆਂ ਨੇ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਜਾਣਨ ਆਇਓ ਕਿ ਯੂਐਸਏ ਦੇ ਵਿੱਚ ਜਿਹੜਾ ਬਾਉਂਡ ਪੈਂਦਾ ਉਹ ਕਿੰਨਾ ਕੁ ਪੈ ਸਕਦਾ ਤੁਹਾਨੂੰ ਪਤਾ ਜੇ ਤੁਸੀਂ ਡੌਂਕੀ ਲਾ ਕੇ ਯੂਐਸਏ ਦੇ ਵਿੱਚ ਪਹੁੰਚਦੇ ਹੋ ਉਸ ਤੋਂ ਬਾਅਦ ਤੁਹਾਡਾ ਅਸਾਲਮ ਜਿਹੜਾ ਉਹ ਅਦਾਲਤ ਦੇ ਵਿੱਚ ਲੱਗਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਜੇਲ੍ਹ ਚੋਂ ਕੱਢਣ ਵਾਸਤੇ ਕੋਈ ਗਰੰਟਰਰ ਚਾਹੀਦਾ ਜਿਹੜਾ ਯੂਐਸਏ ਦਾ ਸਿਟੀਜ਼ਨ ਹੋਵੇ ਬਾਉਂਡ ਦੀ ਗੱਲ ਕਰੀਏ ਤੇ ਬਾਉਂਡ ਤੁਹਾਨੂੰ ਪੈ ਸਕਦਾ ਹੈ 1500 ਡਾਲਰ ਤੂੰ ਲੈ ਕੇ ਤੇ 5000 ਡਾਲਰ ਤੱਕ ਰਾਇਆ ਇਸ ਤੋਂ ਜ਼ਿਆਦਾ ਵੀ 12000 ਡਾਲਰ ਤੱਕ ਰਾਮੀ ਮੈਂ ਪਿਆ ਵੇਖਿਆ ਬਾਉਂਡ ਪਰਾਵਾਂ ਨੂੰ ਇਸ ਲਈ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਜੇ ਤੁਸੀਂ 5 ਲੱਖ ਰੁਪਈਆ ਲਾਕ ਜਾਂਦੀਓ ਤੇ ਅੱਗੂ 10-20 ਲੱਖ ਰੁਪਈਆ ਪਿੱਛੇ ਵੀ ਜ਼ਰੂਰ ਰੱਖ ਕੇ ਜਾਇਓ ਉੱਤੇ ਲੋਡ ਪੈਣੀ ਹੀ ਪੈਣੀ ਹੈ ਹਾਂਜੀ ਤੇ ਮਿੱਤਰੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਲੀ ਜਿਹੜੀ ਵੀਡੀਓ ਹੈ ਉਸ ਵੀਡੀਓ ਤੁਹਾਨੂੰ ਦੱਸਾਂਗੇ ਕਿ ਬਾਉਂਡ ਤਾਰਿਆ ਕਿੰਝ ਜਾਂਦਾ ਤੁਹਾਨੂੰ ਬਾਉਂਡ ਤੇ ਪੈ ਗਿਆ 6000 ਡਾਲਰ ਜਾਂ ਫਿਰ 7000 ਡਾਲਰ 2000 ਡਾਲਰ ਤੁਹਾਨੂੰ ਬਾਉਂਡ ਪੈ ਗਿਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਉਹ ਡਾਲਰ ਜਿਹੜਾ ਬਾਉਂਡ ਏ ਉਹ ਤੌ ਆ ਤਾਰਿਆ ਕਿੰਨੇ ਜਾਂਦਾ ਹੈ ਕਿੰਨਾ ਟਾਈਮ ਲੱਗਦਾ ਜੇ ਤੁਹਾਨੂੰ ਬਹੁਤਾ ਬਾਉਂਡ ਪਿਆ ਫਿਰ ਕਿੰਨਾ ਟਾਈਮ ਲੱਗਦਾ ਥੋੜਾ ਬਾਉਂਡ ਪਿਆ ਤਾਂ ਫਿਰ ਕਿੰਨਾ ਟਾਈਮ ਲੱਗਦਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਨਵੇਂ ਉਹ ਚੈਨਲ टीच ਵੀਜ਼ਾ ਪੰਜਾਬੀ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਤੇ